ਅਸਲਾਮੁਆਲੇਕ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿਠਾ ਜੀ ਬੜੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਕਿ ਬਹੁਤ ਜ਼ਿਆਦਾ ਕਲ ਰੌਲੇ ਪੈ ਰਾਵਲ ਪਿੰਡੀ ਦੇ ਵਿੱਚ ਔਰ ਉਸ ਤੋਂ ਬਾਅਦ ਗੰਡਾਪੁਰ ਜਿਹੜਾ ਉਹ ਵਾਪਸ ਜਦੋਂ ਪਹੁੰਚਦਾ ਰਾਤ ਗਏ ਸ਼ਰਾਬ ਪੀ ਕੇ ਤੇ ਉਹਨੇ ਕੁਝ ਬਕਵਾਸ ਬਾਜ਼ੀ ਕੀਤੀ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਦੱਸਾਂਗੇ ਔਰ ਕੱਲ ਤੋਂ ਜਿਹੜਾ ਹਫਤਾ ਸ਼ੁਰੂ ਹੋਣਾ ਉਹਦੇ ਵਿੱਚ ਅਦਾਲਤੀ ਮਾਮਲੇ ਮਕਸੂਸ ਨਿਸ਼ਿਸ਼ਤਾ ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਵੀ ਅਮਲ ਦੇ ਵਿੱਚ ਕੁਝ ਆ ਚੁੱਕੀਆਂ ਨੇ ਕੁਝ ਆਣੀਆਂ ਨੇ ਗੱਲ ਜਿਹੜੀ ਹੈ ਇਹ ਅੱਗੇ ਵੱਧੀ ਨਜ਼ਰ ਆਂਦੀ ਹੈ ਤੇ ਵਜ਼ੀਰ ਆਜ਼ਮ ਸਾਹਿਬ ਵੀ ਅਕਵਾਮ-ਏ-ਮੁਥਦਾ ਦੇ ਵਿੱਚ ਚੰਡੇਗਾੜ ਕੇ ਤੇ ਵਾਪਸ ਪਹੁੰਚ ਚੁੱਕੇ ਹੋਣਗੇ ਜਾਂ ਪਹੁੰਚਣ ਵਾਲੇ ਹੋਣਗੇ ਤੇ ਕਾਫੀ ਖਬਰਾਂ ਨੇ ਜਿਹੜੀਆਂ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਇੰਤਿਸ਼ਾਰੀ ਟੋਲੇ ਦਾ ਖਾਤਮਾ ਕਰਨ ਦਾ ਪਲਾਨ ਜਿਹੜਾ ਉਹ ਵੀ ਮੁਕੰਮਲ ਬਣ ਚੁੱਕਿਆ ਹੈ ਐ ਆਇਨੀ ਤਰਮੀਮ ਜਿਹੜੀ ਹੈ ਉਹਦਾ ਹਿਸਾਬ ਤਾ ਵੀ ਤਕਰੀਬਨ ਨਜ਼ਦੀਕ ਪਹੁੰਚ ਚੁੱਕਿਆ ਹੈ ਤੇ ਇਹ ਹਫਤਾ ਜਿਹੜਾ ਆਉਣ ਵਾਲਾ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਡਿਵੈਲਪਮੈਂਟ ਪਾਕਿਸਤਾਨ ਦੀ ਬਿਹਤਰੀ ਆਸਤੇ ਤੁਹਾਨੂੰ ਨਜ਼ਰ ਆਏਗੀ ਮੌਇਸ਼ਤ ਜਿਹੜੀ ਹੈ ਉਹ ਬਿਹਤਰੀ ਹੋ ਰਹੀ ਹੈ ਆਈਐਮਐਫ ਜਿਹੜਾ ਉਹਨੇ ਪ੍ਰੋਗਰਾਮ ਦਾ ਆਗਾਜ਼ ਕਰ ਦਿੱਤਾ ਹੈ ਜਿਹੜੀ ਕਿ ਬਹੁਤ ਵੱਡੀ ਖਬਰ ਸੀ ਅਰੋਸ ਤੋਂ ਬਾਅਦ ਬਹੁਤ ਸਾਰੇ ਮਸਬਤ ਅਸ਼ਾਰੀਏ ਜਿਹੜੇ ਨੇ ਉਹ ਆ ਰਹੇ ਨੇ ਚਾਈਨਾ ਦੇ ਵਜ਼ੀਰ ਆਜ਼ਮ ਸਾਹਿਬ ਵੀ ਆ ਰਹੇ ਨੇ ਅੱਛਾ ਖਬਰਾਂ ਜਿਹੜੀਆਂ ਲੈ ਕੇ ਤੁਹਾਡੀ خدمت ਵਿੱਚ ਹਾਜ਼ਰ ਹੋਇਆ ਸਲਾਈ ਮਸ਼ੀਨ ਮੁੰਡਾ ਸ਼ਰਾਬ ਔਰ ਕਰਪਸ਼ਨ ਇਹ ਕੀ ਮਾਮਲਾ ਇਹ ਦੱਸਨੇ ਅਲੀ আমিন ਗੰਡਾਪੁਰ ਗੰਦੀ ਗੋਲੀਆਂ ਇਹ ਕੀ ਮਾਮਲਾ ਲਬਾਕੀ ਬੱਕਰੇ ਤੇ ਸਾਫੀ ਨੂੰ ਤਮਕੀਆਂ ਜੇਲ੍ਹ ਦੇ ਵਿੱਚ ਵਕੀਲ ਦੇ ਨਾਲ ਚੁੰਮੀਆਂ ਇਹ ਕੀ ਮਾਮਲੇ ਆਤ ਨੇ ਇਹ ਅਸੀਂ ਤੁਹਾਡੇ ਸਾਹਮਣੇ ਗੋਸ਼ ਗੁਜ਼ਾਰ ਕਰਨੇ ਨੇ ਇਸ ਤੋਂ ਪਹਿਲੇ ਅੱਗੇ ਚੱਲੀਏ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਔਰ ਅਗਾਂ ਵੀ ਤੁਸੀਂ ਇਹਨੂੰ ਟੋਰ ਲਓ ਜਿੰਨਾ ਜ਼ਿਆਦਾ ਟੋਰ ਸਕਦੇ ਹੋ ਔਰ ਘੰਟੀ ਜਿਹੜੀ ਹੈ ਉਹ ਲਾਜ਼ਮੀ ਵਜਾਇਆ ਕਰੋ ਤਾਂ ਕਿ ਜਦੋਂ ਵੀ ਸਾਡੀ ਵੀਡੀਓ ਆਏ ਤੇ ਤੁਹਾਡੇ ਮੋਬਾਈਲ ਦੇ ਉੱਤੇ ਘੰਟੀ ਵੱਜ ਜਾਏ ਅੱਛਾ ਸ਼ੁਰੂ ਕਰਨੇ ਆਂ ਜੇਲ ਤੋਂ ਅੜਿਆਲਾ ਜੇਲ ਦੇ ਵੀ ਤੁਹਾਨੂੰ ਪਤਾ ਦੋ ਦਿਨ ਪਹਿਲੇ ਸ਼ਿਬਲੀ ਫਰਾਜ਼ ਨੇ ਇੱਕ ਬਿਆਨ ਦਿੱਤਾ ਬਲਕਿ ਇੰਟਰਵਿਊ ਦਿੱਤਾ ਇੱਕ ਟੀਵੀ ਚੈਨਲ ਨੂੰ ਔਰ ਉਹਦੇ ਵਿੱਚ ਉਹਨੇ ਇਹ ਕਿ ਦੋ ਵਾਰੀ ਖਾਨ ਸਾਹਿਬ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜੇਲ੍ਹ ਦੇ ਵਿੱਚ ਦੋ ਵਾਰੀ ਔਰ ਸਬਬ ਜਿਹੜਾ ਉਸ ਦੱਸਿਆ ਕਿ ਅਲੀਮਾ ਪੀਰਨੀ ਔਰ ਮਰੀਮ ਬੱਟੂ ਇਹ ਤ੍ਰੈ ਜੜੀਆਂ ਔਰਤਾਂ ਨੇ ਇਹਨਾਂ ਦੀ ਵਜ੍ਹਾ ਤੋਂ ਇਹਨਾਂ ਦੀ ਲੜਾਈ ਦੀ ਵਜ੍ਹਾ ਤੋਂ ਉਹ ਉਹਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਦੋ ਦਫਾ ਉਸ ਖਬਰ ਨੂੰ ਹੁਣ ਬਹੁਤ ਜ਼ਿਆਦਾ ਪਈਏ ਜਿਹੜੇ ਨੇ ਉਹ ਲੱਗ ਚੁੱਕੇ ਨੇ ਬੜੀ ਇਹ ਅਫਸੋਸਨਕ ਖਬਰ ਕਿ ਤਰੇਵੇ ਮਾਈਆਂ ਤਰੇਵੇ ਹੀ ਇਹ ਜਿਹੜੀਆਂ ਕਿ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਪੀਰਨੀ ਦੇ ਨਾਲ ਚੁੜਾਹ ਕਰਨ ਤੋਂ ਪਹਿਲਾਂ ਇਹ ਮਰੀਮ ਬੱਟੂ ਦੇ ਨਾਲ ਵਿਆਹ ਕਰਨ ਲੱਗਾ ਸੀ ਔਰ ਉਹਨੂੰ ਮਤਲਬ ਉਹਦੀ ਠੋਕ ੱਠ ਕਾਈ ਕਰਦਾ ਸੀ ਉਹਦੇ ਨਾਲ ਵਿਆਹ ਕਰਨ ਲੱਗਾ ਸੀ ਤੇ ਫਿਰ ਉਹ ਵਿੱਚ ਫੈਜ਼ ਨੈਟਵਰਕ ਪੈ ਗਿਆ ਤੇ ਉਹਨਾਂ ਨੇ ਕਿਹਾ ਇਹ ਨਹੀਂ ਇੱਧਰ ਠੀਕ ਹੋ ਗਿਆ ਨਾ ਜੀ ਅੱਛਾ ਜੇਲ ਦੇ ਵਿੱਚ ਵਕੀਲ ਦੇ ਨਾਲ ਚੁਮੀਆ ਇਹ ਹੁਣ ਇਹ ਬਹੁਤ ਅਜੀਬੋ ਗਰੀਬ ਕਿਸਮ ਦੀ ਖਬਰ ਹੈ ਬਲਕਿ ਖਬਰ ਨਹੀਂ ਇਹ ਹਕੀਕਤ ਹੈ ਔਰ ਐਸੀ ਹਕੀਕਤ ਹੈ ਇਹ ਉਹ ਗੰਦੀਆਂ ਆਦਤਾਂ ਨੇ ਜਿਹੜੀਆਂ ਪਈਆਂ ਹਨ 420 ਦਿਨ ਹੋ ਗਏ ਨੇ ਮੋਰੀ 420 ਨੂੰ ਜੇਲ੍ਹ ਦੇ ਵਿੱਚ ਤੇ ਜ਼ਿਹਰੀ ਗੱਲ ਇਹ ਫਾਂਗਾ ਹੋਇਆ ਕਿ ਦਿਨਾਂ ਨਾਲ ਕਿਦ ਤਰ ਉਹਨੇ ਆਪਣੀ ਕੋਈ ਗਰਮੀ ਵੱਟ ਜਿਹੜਾ ਉਹ ਕੱਢਣ ਦੀ ਕੋਸ਼ਿਸ਼ ਕਰਨੀ ਹੈ ਰਿਪੋਰਟ ਹੈ ਦਸਦੀ ਹੈ ਕਿ ਜਦੋਂ ਇਹ ਉੱਥੇ ਤੁਹਾਨੂੰ ਪਤਾ ਹੈ ਅਦਾਲਤ ਲੱਗਦੀ ਹਰ ਰੋਜ਼ ਨਾਇਬ ਦੇ ਜਿਹੜੇ ਕੇਸ ਨੇ ਤੋਸ਼ਾਖਾਨਾ ਹੋ ਗਿਆ ਜਾਂ 190 ਮਿਲੀਅਨ ਪਾਉਂਡ ਵਾਲਾ ਅਲਕਾਦਰ ਟਰਸਟ ਹੋ ਗਿਆ ਉਸ ਤੋਂ ਬਾਅਦ ਸਾਰੀਆਂ ਉੱਥੇ ਤੁਹਾਨੂੰ ਪਤਾ ਹੈ ਅਦਾਲਤਾਂ ਤੇ ਜੇਲ੍ਹ ਦੇ ਵਿੱਚ ਹੀ ਲੱਗੀਆਂ ਹਨ ਇਹ ਹੁਣ ਪਿਛਲੇ 1-2 ਮਹੀਨੇ ਤੋਂ ਕੁਝ ਲੋਕ ਜਿਹੜੇ ਨੇ ਉਹ ਧਿਆਨ ਰੱਖ ਰਹੇ ਸੀ ਉੱਥੇ ਕਿ ਕੋਈ ਗਲਤ ਚਾਲ ਚੱਲਣ ਜਿਹੜਾ ਨਾ ਉਹ ਹੋ ਰਿਹਾ ਹੈ ਇਮ ਇਹਦੇ ਵਿੱਚ ਉਹਨੂੰ ਇਹ ਪਤਾ ਲੱਗਦਾ ਕਿ ਜੇਲ੍ਹ ਦੇ ਵਿੱਚ ਵਕੀਲ ਦੇ ਨਾਲ ਚੁੰਮੀਆਂ ਔਰ ਪੱਪੀਆਂ ਜਿਹੜੀਆਂ ਨੇ ਨਾ ਉਹ ਮੋਰੀ 420 ਨੇ ਸ਼ੁਰੂ ਕਰ ਦਿੱਤੀਆਂ ਵਕੀਲ ਇੱਕ ਸਰਗੋਦਾ ਤੋਂ ਉਹਦਾ ਤਲਕ ਮੇਰੇ ਖਿਆਲ ਨਾਲ ਨੈਮ ਪੰਜੋਤਾ ਉਹਦਾ ਨਾਮ ਹੈ ਉਹਦੇ ਨਾਲ ਮੋਰੀ 420 ਦਾ ਇਸ਼ਕ ਮਟੱਕਾ ਜਿਹੜਾ ਉਹ ਚੱਲ ਗਿਆ ਜੇਲ੍ਹ ਦੀ ਜਿਹੜੀ ਸਮਾਤ ਹੁੰਦੀ ਹੈ ਉਹਦੇ ਵਿੱਚ ਹੀ ਪਤਾ ਕਿਸ ਤਰ੍ਹਾਂ ਲੱਗਦਾ ਕਿ ਤਿੰਨ ਚਾਰ ਦਫਾ ਮੁੰਡਿਆਂ ਨੇ ਉਹ ਇਹ ਜਿਹੜਾ ਖਾਤਾ ਹੈ ਨਾ ਚੁਮੀਆ ਵਾਲਾ ਉਹਨੂੰ ਕੈਚ ਕੀਤਾ ਹੁੰਦਾ ਇਸ ਤਰ੍ਹਾਂ ਸੀ ਕਿ ਸਮਾਦ ਦੇ ਦੌਰਾਨ ਹੀ ਜ਼ੈਰੀ ਗਾਲੇ ਇਹ ਜਿਹੜੇ ਵਕੀਲ ਨੇ ਇਹ ਨਾਲ ਹੀ ਬੈਠੇ ਹੁੰਦੇ ਨੇ ਮਸ਼ਵਰਾ ਜਦੋਂ ਕਰਦੇ ਨੇ ਜਦੋਂ ਵਿੱਚ ਵਕਫਾ ਹੁੰਦਾ ਉਦੋਂ ਮਸ਼ਵਰਾ ਕਰਦੇ ਨੇ ਕੀ ਕਹਿਣਾ ਹੈ ਕੀ ਨਹੀਂ ਕਹਿਣਾ ਤੇ ਇਹ ਨਹੀਂ ਪੰਜੋਤਾ ਜਿਹੜਾ ਇਹ ਵੇਖਣੇ ਚ ਕੋਈ ਡਲਮੋ ਸ਼ਲਮੋ ਹੀ ਲੱਗਦਾ ਚੱਕੀ ਪ੍ਰੋਗਰਾਮ ਹੀ ਲੱਗਦਾ ਇਹਦਾ ਅੱਗੇ ਵੀ ਇਹ ਦੇਖਦੋ ਸਕੈਂਡਲ ਹੈ ਸੀ ਪਹਿਲੇ ਮੁੰਡਿਆਂ ਵਾਲੇ ਲੇਕਿਨ ਹੁਣ ਉਹਨੇ ਮੁਰਸ਼ਿਦ ਦੇ ਨਾਲ ਇਸ਼ਕ ਮਟਕਾ ਜਿਹੜਾ ਉਹ ਗੱਲ ਬਲਕੇ ਮੁਰਸ਼ਿਦ ਨੇ ਕੀਤਾ ਇਸ਼ਕ ਮਟਕਾ ਤੇ ਉਹ ਇਹ ਹੁੰਦਾ ਵੀ ਉੱਥੇ ਜਦੋਂ ਬਾਥਰੂਮ ਜਾਣਾ ਹੁੰਦਾ ਨਾ ਪੁੱਛ ਕੇ ਅਦਾਲਤ ਕੋ ਤੇ ਇਹ ਦੋਵੇਂ ਜਿਹੜੇ ਨੇ ਇਕੱਠੇ ਬਾਥਰੂਮ ਜਾਂਦੇ ਰਹੇ ਨੇ ਪਿਛਲੇ ਮਹੀਨੇ ਡੇਢ ਦੀ ਕਾਰਵਾਈ ਜਿਹੜੀ ਹੈ ਇਹ ਕੈਚ ਹੋਈ ਹੈ ਔਰ ਉਹਦੇ ਵਿੱਚ ਇਹ ਵੀ ਕਿ ਜਦੋਂ ਇਹ ਬਾਥਰੂਮ ਆਲ ਜਾਂਦੇ ਨੇ ਦੋਵੇਂ ਤੇ ਦੋਨੋਂ ਹੀ ਫਿਰ ਆਪਸ ਵਿੱਚ ਮੂੰਹ ਚ ਮੂੰਹ ਪਾ ਲੈਂਦੇ ਨੇ ਔਰ ਜਫੀਆਂ ਔਰ ਇੱਕ ਦੂਜੇ ਨੂੰ ਟਟੋਲਦੇ ਨੇ ਤੇ ਇਹ ਕੋ ਦੋ ਚਾਰ ਤਸਵੀਰਾਂ ਜਿਹੜੀਆਂ ਉਹ ਟਟੋਲਣ ਵਾਲਿਆਂ ਨੇ ਕੱਢ ਲਈਆਂ ਕਿ ਇਹ ਜੇਲ ਦੇ ਵਿੱਚ ਵਕੀਲ ਦੇ ਨਾਲ ਇਹ ਨਵਾਂ ਇਸ਼ਕ ਮਟੱਕਾ ساری ਗੱਲ ਅਮਰੋਦ ਸੈਦ ਕੋਈ ਨਹੀਂ ਤੇ ਇਹ ਨਹੀਂ ਪੰਜੋਤਾ ਜਿਹੜਾ ਇਹ ਤੁਸੀਂ ਇੰਜ ਹੀ ਸਮਝ ਲਵੋ ਕਿ ਮੁਰਾਦ ਸੈਦ ਦੀ ਕਾਪੀ ਹੈ ਉਹਦੇ ਨਾਲ ਉਹਦਾ ਚੱਕੀ ਦੀ ਵੱਡੀ ਹੈ ਲੇਕਿਨ ਕਾਪੀ ਹੈ ਉਹਦੀ ਇਹ ਥ੍ਰੈਡਿੰਗ ਸ਼੍ਰੈਡਿੰਗ ਵੀ ਕਰਾਂਦਾ ਹੈ ਔਰ ਆ ਸਾਰਾ ਸਾਕ ਦਾ ਵੀ ਮੇਕਅਪ ਵੀ ਕਰਕੇ ਰੱਖਦਾ ਹੈ ਮੁੰਡਾ ਤੁਸੀਂ ਉਹਨੂੰ ਵੇਖਿਆ ਕਰੋ ਉਹਨੇ ਕਾਫੀ ਚੀਜ਼ਾਂ ਕਰਾਈਆਂ ਹੁੰਦੀਆਂ ਆਪਣੇ ਮੂੰਹ ਤੇ ਔਰ ਮੇਕਅਪ ਸ਼ੇਕਅਪ ਔਰ ਪੂਰਾ ਜਦੋਂ ਜਾਂਦਾ ਹੈ ਅਦਾਲਤ ਦੇ ਵਿੱਚ ਤੇ ਇਹ ਚੁੰਮੀਆਂ ਲੈਂਦੇ ਆ ਉਹਨੂੰ ਫੜਿਆ ਮੁੰਡਿਆਂ ਨੇ ਫੜਨਾ ਕੀ ਵੇਖਿਆ ਗਿਆ ਕਿ ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਇਸ਼ਕ ਮਟੱਕਾ ਜਿਹੜਾ ਉਹ ਚੱਲ ਚੁੱਕਿਆ ਤੇ ਮੈਂ ਇੱਥੇ ਮੁਬਾਰਕਬਾਦ ਹੀ ਦੇ ਸਕਦਾ ਨਹੀਂ ਪੰਜੋਤਾ ਨੂੰ ਕਿ ਚਲੋ ਹੋਰ ਕੁਝ ਤੇ ਨਹੀਂ ਲੱਭਾ ਤੇ ਚਲੋ ਮੁਰਸ਼ਦ ਜਿਹੜਾ ਉਹ ਤੇ ਤੂੰ ਪਾ ਲਿਆ ਔਰ ਮੁਰਸ਼ਦ ਦਾ ਅਗਲਾ ਡਰਾਈਵਰ ਜਿਹੜਾ ਇਹ ਨਈ ਪੰਜੋਤਾ ਚੱਲੇਗਾ ਅੱਗੇ ਜਨਾਬ ਤੁਸੀਂ ਆ ਜੋ ਲਬੈਕੀ ਜਾਨਵਰ ਤੇ ਸਹਾਫੀਆਂ ਨੂੰ ਧਮਕੀਆਂ ਐ ਇਹ ਉਹ ਲਬੈਕੀ ਬੱਕਰੇ ਜਿਹੜੇ ਨੇ ਜਾਨਵਰ ਮੁਲਕ ਦੁਸ਼ਮਣ ਇਹ ਫੈਜ਼ ਉਮੀਦ ਦੀ ਬਵਾਸੀਰ ਦੇ ਵਿੱਚੋਂ ਇਸ ਜਮਾਤ ਨੂੰ ਬਣਾਇਆ ਗਿਆ ਇਹ ਮੁਲਕ ਦੁਸ਼ਮਣ ਟੋਲਾ ਮਸੱਲੀ ਨਸੇ ਪਟਿਆ ਤੋਂ ਜ਼ਿੰਮੇਦਾਰਾਂ ਦੇ ਡੇਰਿਆਂ ਤੋਂ ਡਕੀਤ ਚੋਰ ਇਕੱਠੇ ਕਰਕੇ ਇੱਕ ਤਹਿਰੀਕ ਬਣਾਈ ਗਈ ਤਰੀਕੇ ਲਬੈਕ اور ਉਹ ਫਿਰ ਨਬੀ ਦੇ ਨਾਮ ਦੇ ਉੱਤੇ ਉਹਨਾਂ ਕੋਲ ਵੋਟ ਮੰਗਵਾਏ ਗਏ ਨਬੀ ਪਾਕ ਦਾ ਨਾਮ ਜਿਹੜਾ ਉਹਦਾ ਉਹਦਾ ਇਸਤੇਮਾਲ ਕੀਤਾ ਗਿਆ ਜਿਹੜਾ ਕਿ ਬਹੁਤ ਵੱਡਾ ਗੁਨਾਹ ਹੈ ਔਰ ਉਸ ਤੋਂ ਬਾਅਦ ਇੱਕ ਇਹਨਾਂ ਨੂੰ ਐਸੇ ਨਾਰੇ ਦਿੱਤੇ ਲਿਖ ਕੇ ਫੈਜ਼ ਉਮੀਦ ਨੇ ਬੈ ਜਿਹਦੇ ਨਾਲ ਇਹ ਲੋਕਾਂ ਦੇ ਜਜ਼ਬਾਤ ਦੇ ਨਾਲ ਖੇਡਣ ਔਰ ਇਹਨਾਂ ਨੇ ਤਬahi ਮਚਾ ਦਿੱਤੀ ਹੈ ਦਰਜਨਾਂ ਦੇ ਹਿਸਾਬ ਤੇ ਇਹ ਪੁਲਿਸ ਵਾਲੇ ਕਤਲ ਕਰ ਚੁੱਕੇ ਨੇ ਦਰਜਨਾਂ ਦੇ ਹਿਸਾਬ ਤੇ ਇਹ ਅ ਦੂਸਰੇ ਮਜ਼ਾਹਬ ਦੇ ਲੋਕਾਂ ਨੂੰ ਇੱਕ ਕਤਲ ਕਰ ਚੁਕੇ ਨੇ ਇਹ ਬਲਾਵਜਾ ਡਕੀਤੀਆਂ ਚੋਰੀਆਂ ਰਾਜਨੀਆਂ ਮੁੰਡਿਆਂ ਦੇ ਨਾਲ ਜ਼ਿਆਤੀਆਂ ਇਹ 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 ਇਹਨਾਂ ਦਾ ਕੰਮ ਹੈ ਇਹ ਜਿਹੜੀ ਤਹਿਰੀਕੇ ਲਬਾਕੇ ਇਹਦਾ ਜਿਹੜਾ ਸਰਗਨਾ ਉਹ ਮਨਸ਼ਾਦ ਦਾ ਕੰਮ ਕਰਦਾ ਹੈ ਖੁਦ ਵੀ ਮਨਸ਼ਾਦ ਇਸਤੇਮਾਲ ਕਰਦਾ ਹੈ ਔਰ ਲਾਹੌਰ ਸ਼ਹਿਰ ਦੇ ਵਿੱਚ ਮਨਸ਼ਾਦ ਦਾ ਬਹੁਤ ਵੱਡਾ ਉਹ ਸਪਲਾਈਅਰ ਵੀ ਹੈ ਉਹ ਜਿਹੜਾ ਉਸਾ ਦਾ ਉਹ ਟੈਣਾ ਟਾਈ ਫੁਟੀਆਂ ਅੱਛਾ ਇਹ ਜਦੋਂ ਆ ਪਿੱਛੇ 2 ਮਹੀਨੇ ਪਹਿਲੇ 2 2.5 ਮਹੀਨੇ ਪਹਿਲੇ ਜਦੋਂ ਕਾਰਕ ਕਾਜ਼ੀ ਫਾਇਜ਼ ਇਸਾ ਦੇ ਨਾਲ ਬੇકરી ਦੇ ਉੱਤੇ ਵਾਕਿਆ ਪੇਸ਼ ਆਂਦਾ ਉਹ ਜਿਹੜਾ ਬੇકરી ਦੇ ਉੱਤੇ ਮੁਲਾਜ਼ਮ ਸੀ ਉਹ ਲਬੈਕੀ ਜ਼ੇਨ ਦਾ ਬੰਦਾ ਸੀ ਯਾਨੀ ਕਿ ਇਹ ਮੁਲਕ ਦੁਸ਼ਮਨ ਤੇ ਚਲੋ ਉਹ ਹੈ ਸੀ ਲੇਕਿਨ ਉਹ ਉਸ ਗੰਦੀ ਨਾਲੀ ਜਿਹੜੀ ਜ਼ੇਨ ਨਾ ਲਬੈਕੀ ਜ਼ੇਨ ਉਹ ਉਹਨਾਂ ਦਾ ਹਮੈਤੀ ਟਾਈਪ ਸੀ ਉਹ ਗੰਦਾ ਨਾਲਾ ਸੀ ਯਾਨੀ ਕਿ ਲਬੈਕੀਆਂ ਦੀ ਤਰ੍ਹਾਂ ਜਿਵੇਂ ਲਬੈਕੀ ਗੰਦਾ ਨਾਲਾ ਇਸ ਤਰ੍ਹਾਂ ਉਹ ਗੰਦਾ ਨਾਲਾ ਸੀ ਉਨੇ ਉਹ ਵੀਡੀਓ ਕਾਜ਼ੀ ਨੂੰ ਗਾਲ ਕੱਢੀ ਤੇ ਔਰ ਉਹਨੇ ਹੀ ਉਹ ਵੀਡੀਓ ਬਣਾਈ ਉਸ ਤੋਂ ਬਾਅਦ ਉਹਨੇ ਉਹ ਮੁੰਡਾ ਸੀ 라ਵਲਪਿੰਡੀ ਮਰੀਦਾ ਉਹਨੇ ਫਿਰ ਉਹ ਵੀਡੀਓ ਬਣਾ ਕੇ ਤੇ 5000 ਰੁਪਏ ਚ ਮਰੀ ਦੇ ਵਿੱਚ ਇੱਕ ਯੂਥੀਆ ਸਹਾਫੀ ਸੀ ਇਹ ਅਬਾਸੀ ਉਹਦਾ ਨਾਮ ਅੱਗੋਂ ਪਤਾ ਨਹੀਂ ਕੀ ਉਹਦਾ ਨਾਮ ਉਹਨੂੰ ਵੇਚ ਛੜੀ 5000 ਰੁਪਏ ਚ ਉਹਨੂੰ ਵੇਚ ਛੜੀ ਉਹਨੂੰ ਦੇ ਦਿੱਤੀ ਉਹ ਜਿਹੜਾ ਕੋ ਸਹਾਫੀ ਸੀ ਉਹਨੇ ਫਿਰ 5000 ਡਾਲਰ ਚ ਤਰੀਕੇ ਇਨਸਾਫ ਨੂੰ ਵੇਚੀ ਉਹ ਵੀਡੀਓ 2 ਢਾਈ ਮਹੀਨੇ ਪਹਿਲੇ ਜਿਹੜੀ ਬੇਕਰੀ ਤੇ ਵਾਕਿਆ ਕਾਜ਼ੀ ਦੇ ਨਾਲ ਪੇਸ਼ ਆਇਆ ਸੀ ਤੇ ਇਹ 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 ਜਿਹੜੀ ਹੁਣ ਖਬਰ ਹੈ ਕਿ ਲਬੈਕੀ ਬੱਕਰਿਆਂ ਦੀ ਐ ਸਹਾਫੀ ਨੂੰ ਧਮਕੀਆਂ ਇਹ ਸਹਾਫੀ ਇਸਲਾਮਾਬਾਦ ਦਾ ਇੱਕ ਬਹੁਤ ਜੈਦ ਬੜਾ ਕਮਾਲ ਦਾ ਸਹਾਫੀ ਹੈ ਇਜਾਜ਼ ਸੈਦ ਉਹਨੇ ਜਦੋਂ ਇਹ ਖਬਰ ਸ਼ਬਰ ਕੱਢੀ ਕਿ ਇਹ ਲਬੈਕੀ ਜ਼ੈਨ ਸੀ ਤੇ ਉਹਨਾਂ ਨੇ ਇਕਰਾਇਆ ਤੇ ਉਹਦਾ ਕੇਸ ਵੀ ਤੁਹਾਨੂੰ ਪਤਾ ਹੈ ਇਹ ਇਹ ਚੱਲਦਾ ਸੀ ਪਿਆ ਖਤਮੇ ਨਬੂਤ ਅਲਾ ਸੁਪਰੀਮ ਕੋਰਟ ਦੇ ਵਿੱਚ ਤੇ ਨਾ ਕਾਜ਼ੀ ਦੀ ਤੇ 10 10 ਕਰੋੜ ਦੇ ਇਨਾਮ ਤੇ ਫਲਾਣੇ ਇਨਾਮ ਤੇ ਇਹ ਇਨਾਮ ਤੇ ਅੰਜ ਕਰ ਦਿਆਂਗੇ ਤੇ ਉਹ ਕਰ ਦਿਆਂ ਤੇ ਤੁਹਾਨੂੰ ਯਾਦ ਉਸ ਤਰ੍ਹਾਂ ਦੀ ਗੱਲ ਹੈ ਉਹ ਆਜ਼ਾਦ ਸੈਇਦ ਨੇ ਖਬਰ ਦਿੱਤੀ ਕਿ ਇਹ ਉਸ ਜ਼ੈਨ ਦਾ ਬੰਦਾ ਹੈ ਇਹ ਰਬ ਬੇਕਰੀ ਦੇ ਵਿੱਚ ਕੰਮ ਕਰਦਾ ਸੀ ਤੇ ਉਸ ਤੋਂ ਬਾਅਦ ਇਹ ਲਬਾਕੀ ਬਕਰੇ ਜਿਹੜੇ ਨੇ ਮੁਲਕ ਦੁਸ਼ਮਣ ਇਹ ਇਹਨਾਂ ਨੇ ਉਹਨੂੰ ਧਮਕੀਆਂ ਲਾਣੀਆਂ ਸ਼ੁਰੂ ਕਰ ਦਿੱਤੀਆਂ ਸੋਸ਼ਲ ਮੀਡੀਆ ਤੇ ਕਿ ਅਸਾਂ ਤੈਨੂੰ ਨਹੀਂ ਛੱਡਣਾ ਜਿੱਥੇ ਤੁਸਾਨੂੰ ਨਜ਼ਰ ਆਏਗਾ ਅਸੀਂ ਤੇਰਾ ਇਹ ਕਰ ਦੇਾਂਗੇ ਉਹ ਕਰ ਦੇ ਬਲਕਿ ਉਹਦੇ ਸਿਰ ਦੀ ਕੀਮਤ ਵੀ ਲਾ ਦਿੱਤੀ ਮੇਰੇ ਨਾਲ ਮੇਰੇ ਸਿਰ ਦੀ ਕੀਮਤ ਇਹ ਰੋਜ਼ ਲਾਉਂਦੇ ਨੇ ਨਾ ਕਿਉਂਕਿ ਮੈਂ ਰੋਜ਼ ਰਾਤੀ ਜਾ ਕੇ ਤੇ ਨਿੱਕੀ ਜਿਹੜੀ ਉਹ ਖੜਕਾ ਕੇ ਇਹਨਾਂ ਦੀ ਆਉਣਾ ਠੀਕ ਹੈ ਨਾ ਮੇਰੇ ਸਿਰ ਦੇ ਤੇ ਨਾਲ ਵਾਲੀ ਕੋ ਨਹੀਂ ਮੇਰੀ ਕੀਮਤ ਕੀ ਲਗਣੀ ਇਹਨਾਂ ਨੂੰ ਪਤਾ ਹੈ ਕਿ ਮਿੱਠੇ ਨੂੰ ਛੇੜਾਂਗੇ ਤੇ ਇਹ ਤਾਂ ਤੋਰ ਘਰ ਛੱਡ ਕੇ ਹੁੰਦਾ ਤੇ ਉਹ ਵਿਚਾਰਾ شریف ਆਦਮੀ ਅਜ਼ਾਦ ਸੈਦ ਉਹਦੀ ਸਿਰ ਦੀ ਵੀ ਕੀਮਤ ਲਾ ਦਿੱਤੀ ਤੇ ਉਹਨੂੰ ਧਮਕੀਆਂ ਜਿਹੜੀਆਂ ਇਹ ਲਬੈਕੀ ਲੇਲੇਆ ਨੇ ਲਾਈਆਂ ਤੇ ਉਹਨੇ ਫਿਰ ਵਜ਼ੀਰ ਆਜ਼ਮ ਸਦਰੇ ਪਾਕਿਸਤਾਨ ਉਸ ਤੋਂ ਬਾਅਦ ਵਜ਼ੀਰ ਦਾਖਲਾ ਵਜ਼ੀਰ ਆਲਾ ਪੰਜਾਬ ਉਸ ਤੋਂ ਬਾਅਦ ਆਪਣਾ وزارت ਦਾਖਲਾ FIA ISI ਸਾਰਿਆਂ ਨੂੰ ਇੱਕ ਪੈਗਾਮ ਜਿਹੜਾ ਉਹ ਰਿਕਾਰਡ ਕਰਕੇ ਕੱਲਿਆ ਕਿ ਇਹ ਬੰਦੇ ਨੇ ਇਹ ਸਬੂਤ ਨੇ ਇਹ ਮੈਨੂੰ ਧਮਕੀਆਂ ਦੇ ਰਹੇ ਨੇ ਤੇ ਅਗਰ ਮੈਨੂੰ ਕੁਝ ਹੋਇਆ ਤੇ ਮੇਰਾ ਮੁਕਦਮਾ ਪਰਚਾ ਜਿਹੜਾ ਉਹ ਡੇਡ ਫੁੱਟੀਏ ਸਾਦ ਰਜ਼ਵੀ ਦੇ ਖਿਲਾਫ ਦਿੱਤਾ ਜਾਏ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਮੁਲਕ ਦੁਸ਼ਮਣ ਬਕਰੇ ਭੇੜੀਏ ਇਸਲਾਮ ਦੁਸ਼ਮਣ ਨਬੀ ਦਾ ਨਾਮ ਬਦਨਾਮ ਕਰਨ ਵਾਲੇ ਇਹ ਭੇੜੀਏ ਜਿਹੜੇ ਨੇ ਇੱਕ ਇਸ ਹੱਦ ਤੱਕ ਇਹ ਆਗਾਂ ਨਿਕਲ ਚੁੱਕੇ ਨੇ ਕਿ ਇਹ ਆਪਣੇ ਖਿਲਾਫ ਕੋਈ ਖਬਰ ਵੀ ਬਰਦਾਸ਼ਤ ਨਹੀਂ ਕਰ ਸਕਦੇ ਤੇ ਮੈਂ ਵਹਿਦ ਬੰਦਾ ਜਿਹੜਾ ਹਰ 10 ਦਿਨਾਂ ਬਾਅਦ ਪੂਰ ਤਰੇ ਦਿਨ ਇਹਨਾਂ ਦੀ ਖੜਕਾਨਾ और खड़का बादजाना और वजाण तो बाद, तो बाद अंदरों कुंडी लाना और कुंडी लाने तो बाद मैं इन द असलीत जी इन मैं दसना होना तो फिर मेरे तो यह हो जाते हैं दूर तो फिर मंगते हैं मेरे को माफ़िया तो ये आजाद सैयद साहब असीे ना विफाकी हकूमत सूबाई हुकूमत वजारते दाखिला सार्या अगर गुजारिश है कि आजाद सैयदों जोड़े लबैकिया ने धमकिया दियां ने उन्होंने गिरफ़्तार किया जाए अगे जनाब तुम आज अली अमीन गंडापुर और गंदी गोलियां अली अमीन गंडापुर ਕੱਲ ਅਟਕ ਵਾਲੇ ਪੁਲ ਤੋਂ ਪਿੱਛੇ ਖਬਰ ਪਖਤੂਨ ਹਾਦੀ ਹਦੂਦ ਦੇ ਵਿੱਚ ਇੱਕ ਪੈਗਾਮ ਪਹੁੰਚਾਇਆ ਗਿਆ ਕਿ ਅਗਰ ਤੂੰ ਪੰਜਾਬ ਦੀ ਹੱਦ ਦੇ ਵਿੱਚ ਦਾਖਲ ਹੋਇਆ ਤੇ ਤੈਨੂੰ ਉਡਾ ਦਿੱਤਾ ਜਾਏਗਾ ਔਰ ਪੰਜਾਬ ਹਕੂਮਤ ਵੱਲੋਂ ਪੈਗਾਮ ਗਿਆ ਕਿ ਅਗਰ ਤੂੰ ਪੰਜਾਬ ਦੀ ਹੱਦ ਵਿੱਚ ਦਾਖਲ ਹੋਇਆ ਤੇ ਤੇਰੀਆਂ ਦੋਵੇਂ ਲੱਤਾਂ ਔਰ ਦੋਵੇਂ ਬਾਹਾਂ ਵੱਡ ਦਿੱਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਉਹ ਉੱਥੋਂ ਹੀ ਪਰਤ ਕੇ ਤੇ ਸ਼ੂਟ ਮਾਰ ਕੇ ਪਸ਼ਾਵਰ ਨਸ ਗਿਆ ਪਸ਼ਾਵਰ ਜਾ ਕੇ ਸ਼ਰਾਬ ਪੀ ਕੇ ਕਿਸੇ ਕਮਰੇ ਦੇ ਵਿੱਚ ਬਹਿ ਕੇ ਸ਼ਰਾਬ ਨਾਲ ਤਤ ਹੋ ਕੇ ਤੇ ਉਹਨ ਇੱਕ ਵੀਡੀਓ ਪੈਗਾਮ ਜਾਰੀ ਕੀਤਾ ਕਿ ਮੈਨੂੰ ਜਿਹਨੇ ਗੋਲੀ ਮਾਰੀ ਮੈਂ ਉਹਨੂੰ 10 ਗੋਲੀਆਂ ਮਾਰਾਂਗਾ ਮੇਰੇ ਤੇ ਕਿਸੇ ਇੱਕ ਹਮਲਾ ਕੀਤਾ ਤੇ ਮੈਂ 10 ਹਮਲੇ ਕਰਾਂਗਾ ਮੈਨੂੰ ਕਿਸੇ ਇੱਕ ਗਾਲ ਕੱਢੀ ਤੇ ਮੈਂ 10 ਗਾਲਾਂ ਕੱਢਾਂਗਾ ਮੈਂ ਹੁਣ ਰਿਆਸਤ ਨੂੰ ਨਹੀਂ ਛੱਡਾਂਗਾ ਮੈਂ ਉਹਨ ਪਾਕਿਸਤਾਨ ਨੂੰ ਬਰਬਾਦ ਕਰਕੇ ਛੱਡਾਂਗਾ ਮੈਂ ਹੁਣ ਪਾਕਿਸਤਾਨ ਦਾ ਕੱਖ ਕੰਡਾ ਨਹੀਂ ਛੱਡਾਂਗਾ ਇਹ ਫਿਰ ਰਾਤ ਗਏ ਸ਼ਰਾਬ ਪੀ ਕੇ ਉਹਨੇ ਇੱਕ ਵੀਡੀਓ ਪੈਗਾਮ ਜਾਰੀ ਕੀਤਾ ਤੇ ਮੈਂ ਕਵਾਂ ਦਾ ਗੰਡਾਪੁਰ ਮਰਵਾਣੀਆਂ ਚਕੀਆਂ ਤੇ ਖਾਣੇ ਖੀਰੇ ਤੇ ਫਿਰ ਵੀ ਕਹਿਣਾ ਅਸੀਂ ਹੀਰੇ ਐ ਤੂੰ ਆ ਨਾ ਜ਼ਰਾ ਪੰਜਾਬ ਇੱਕ ਆ ਹਾਂ ਜ਼ਰਾ ਤੇ ਫਿਰ ਅਸੀਂ ਤੈਨੂੰ ਪੁੱਛਨੇ ਆ ਤੂੰ ਕਿੰਨੇ ਕੁ ਜੋਗ ਐ ਤੇ ਮੈਂ ਇਹੀ ਕਵਾਂ ਦਾ ਕਿ ਇਹ ਅਗਰ ਪੰਜਾਬੀ ਇੱਕ ਪਖਤੂਨ ਹਾਦਿ ਲੋਕਾਂ ਦੇ ਨਾਲ ਮਾਫ਼ਰਤ ਨਾਲ ਕਿਉਂਕਿ ਸਾਡੀ ਉਹ ਲੜਾਈ ਜਿਹੜੀ ਹੈ ਡਰੈਕਟ ਗੰਡਾਪੁਰ ਦੇ ਨਾਲ ਤੇ ਪਖਤੂਨ ਹਾਦਿ ਆਵਾਮ ਇਹਨੇ ਬੜੇ ਪਿਆਰ ਕਰਨ ਵਾਲੇ ਨੇ ਮੁਹੱਬਤ ਕਰਨ ਵਾਲੇ ਨੇ ਉਹਨਾਂ ਦੇ ਨਾਲ ਸਾਡੀ ਕੋਈ ਲੜਾਈ ਨਹੀਂ ਔਰ ਉਹ ਇਹਦੇ ਨਾਲ ਵੀ ਨਹੀਂ ਇਹਦੇ ਨਾਲ 2.5 ਹਜ਼ਾਰ ਤਾਲਬਾਨ ਹੁੰਦਾ ਬਸ ਗੱਲ ਖਤਮ ਤੇ ਮੈਂ ਇਥੇ ਇੱਕਵਾਂ ਗੰਡਾਪੁਰ ਕਿ ਜੇ ਤੂੰ ਆਪਣੇ ਪਿਓ ਦਾ ਜੰਮਿਆ ਤੇ ਤੂੰ ਆ ਨਾ ਵੱਡ ਲਸ਼ਕਰ ਲੈ ਕੇ ਪੰਜਾਬ ਵਿੱਚ ਹਿੰਮਤ ਕਰ ਤੇ ਜੇ ਤੂੰ ਵਾਪਸ ਚਲਾ ਗਿਆ ਤੇ ਅਸੀਂ ਪੰਜਾਬ ਨੂੰ ਤਾਲਾ ਮਾਰ ਛੜਾਂਗੇ ਪੰਜਾਬ ਨੂੰ ਅਸੀਂ ਕਮਲ ਦੇ ਕੇ ਪਾਈ ਅਸੀਂ ਪੰਜਾਬੀ ਹੈ ਹੀ ਨਹੀਂ ਠੀਕ ਹੋ ਗਿਆ ਨਾ ਜੀ ਤੇ ਇਹ ਇਹਨਾਂ ਰਾਤ ਗਏ ਇਹ ਗੋਲੀਆਂ ਜਿਹੜੀਆਂ ਨੇ ਇਹ ਕੜੀਆਂ ਨੇ ਤੇ ਇੱਕ ਗੱਲ ਜ਼ਹੰਚ ਰੱਖੀ ਜਿਸ ਦਿਨ ਪੰਜਾਬੀਆਂ ਨੇ ਨੀਲੀਆਂ ਗੋਲੀਆਂ ਖਾ ਲਈਆਂ ਤੇ ਰਖ ਪੰਜਾਬੀਆਂ ਨੇ ਕਰ ਲਿਆ ਤੇਰੇ ਘਰ ਹਲ ਗੰਡਾਪੁਰ ਤੇਰੇ ਘਰ ਦੀ ਗੱਲ ਕਰ ਰਹੇ ਆ ਅਸੀਂ ਪਖਤੂਨ ਹਾਂ ਦੀ ਗੱਲ ਨਾ ਕਰਨੀ ਕਰਾਂਗੇ ਕਿਉਂਕਿ ਉਹ ਸਾਡੇ ਭਰਾ ਨੇ ਤੇ ਜਿਸ ਦਿਨ ਪੰਜਾਬੀਆਂ ਨੇ ਨੀਲੀ ਗੋਲੀ ਖਾ ਕੇ ਤੇ ਤੇਰੇ ਘਰ ਹਲ ਅਸੀਂ ਆਪਣਾ ਕਾਫਲੇ ਚਲਾ ਦਿੱਤੇ ਤੇ ਫਿਰ ਗੰਡਾਪੁਰ ਫਿਰ ਤੇਰੇ ਨਾਲ ਕੀ ਹੋਣਾ ਤੈਨੂੰ ਨਹੀਂ ਪਤਾ ਤੂੰ ਪੰਜਾਬੀਆਂ ਨੂੰ ਅਜੇ ਨਹੀਂ ਜਾਣਦਾ ਤੂੰ ਪਖਤੂਨ ਹਾ ਦੇ ਗਯੂਰ ਲੋਕਾਂ ਨੂੰ ਪੰਜਾਬ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਉਹ ਬੜੇ ਗਹਿਰਤ ਵਾਲੇ ਨੇ ਉਹ ਇਹ ਕੰਮ ਨਹੀਂ ਕਰਨਗੇ ਤੈਨੂੰ ਵੀ ਇਸ ਗੱਲ ਦਾ ਪਤਾ ਹੈ ਠੀਕ ਹੋ ਗਿਆ ਤੇ ਇਹ ਮੈਂ ਇਹੀ ਕਵਾਂਗਾ ਦੁਬਾਰਾ وفاقی حکومت ਨੂੰ ਕਿ ਗੰਡਾਪੁਰ ਉਹੀ ਕਰੋ ਮੈਂ ਦੋਵੇਂ ਲੱਤਾ ਤੇ ਦੋਵੇਂ ਬਾਵਾ ساری ਉਮਰ ਆਸਤੇ ਜਿਹੜਾ ਰਿੰਗ ਦਾ ਰਵੇ ਅੱਲਾਹ ਅੱਲਾਹ ਤੇ ਖੈਰ ਸੱਲਾ ਕੀ ਖਿਆਲ ਹੈ ਫਿਰ ਹੈ ਠੀਕ ਹੈ ਨਾ ਜੀ ਅੱਛਾ ਅੱਗੇ ਜਨਾਬ ਆਓ ਸਲਾਈ ਮਸ਼ੀਨ ਮੁੰਡਾ ਸ਼ਰਾਬ ਤੇ ਕ腐ਸ਼ਨ ਇਹ ਹੁਣ ਸਲਾਈ ਮਸ਼ੀਨ ਜਿਹੜੀ ਇੱਕ ਬਹੁਤ ਵੱਡੀ ਮਸ਼ਹੂਰ ਹੈ ਪੂਰੀ ਦੁਨੀਆ ਦੇ ਵਿੱਚ ਯਕੀਨ ਕਰੋ ਜਿੱਥੇ ਵੀ ਜਾਓ ਉੱਥੇ ਸਲਾਈ ਮਸ਼ੀਨ ਦਾ ਰੌਲਾ ਇਹ ਹੁਣ ਬਹੁਤ ਵੱਡੀ ਸਟੋਰੀ ਜਿਹੜੀ ਹੈ ਇਹ ਮੈਂ ਤੁਹਾਡੇ ਸਾਹਮਣੇ ਬ੍ਰੇਕ ਕਰਨ ਲੱਗਾ ਇੱਕ ਸਲਾਈ ਮਸ਼ੀਨ ਦੀ ਇਹਨੂੰ ਤੁਸੀਂ ਕੋਈ ਸਿਆਸੀ ਰੰਗ ਨਹੀਂ ਦੇਣਾ ਔਰ ਕਿਸੇ ਸ਼ਖਸੀਅਤ ਦੇ ਨਾਲ ਜੋੜਨ ਦੀ ਵੀ ਕੋਸ਼ਿਸ਼ ਨਹੀਂ ਕਰਨਾ ਮੈਂ ਇੱਕ ਹਕੀਕੀ ਅੱਖੋਂ ਵੇਖੀ ਸਟੋਰੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣ ਲੱਗਾ ਮਦੈ ਕਿਸੇ ਮਾਈ ਆ ਲੈ ਜੋ ਜਾਂ ਫਲਾਣੀ ਆ ਲੈ ਜੋ ਨਹੀਂ 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 ਇੱਕ ਸਟੋਰੀ ਹੈ ਜਿਹੜੀ ਮੇਰੀ ਅੱਖੇ ਵੇਖੀਓ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਔਰ ਇਹਨੂੰ ਕਿਸੇ ਤੇ ਵੀ ਲਾਗੂ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਕਿਸੇ ਤੇ ਲਾਗੂ ਵਾਲੀ ਨਹੀਂ ਇਹ ਸਿਰਫ ਮੇਰੇ ਅੱਖੋਂ ਦੇ ਖਾਲ ਹੈ ਇਹ ਹੁਣ ਇੱਕ ਸਲਾਈ ਮਸ਼ੀਨ ਹੈ ਐ ਪਾਕਿਸਤਾਨ ਦੇ ਵਿੱਚ ਤੇ ਉਹ ਬਹੁਤ ਜ਼ਿਆਦਾ ਉਹਨੇ ਮਾਲ ਕਮਾਇਆ ਇਨਾ ਕੁ ਮਾਲ ਕਮਾਇਆ ਕਿ ਸਲਾਈ ਮਸ਼ੀਨਾਂ ਜਿਹੜੀਆਂ ਰੋਂਦੀਆਂ ਕਿ ਸਾਨੂੰ ਇਨਾ ਚਲਾਇਆ ਤੋ ਇਹਨਾਂ ਨੂੰ ਮਾਲ ਖਰਬ ਹਰ ਪਈਆ ਜਿਹੜਾ ਉਹ ਤੋਂ ਬਣਾ ਲਿਆ ਸਲਾਈ ਮਸ਼ੀਨ ਦੇ ਜ਼ਰੀਏ ਇਹਨਾਂ ਸਲਾਈ ਮਸ਼ੀਨ ਜਿਹੜੀ ਹੈ ਇਹ ਬੜੀ ਬੜੀ ਗੰਦੀ ਹੈ ਇਹਦੇ ਬੜੇ ਅਜੀਬੋ ਗਰੀਬ ਕਿਸਮ ਦੇ ਸ਼ੌਕ ਨੇ ਇਹ ਜਦੋਂ ਸਲਾਈ ਮਸ਼ੀਨ ਜਵਾਨ ਜਵਾਨੀ ਸੀ ਨਾ ਦਿੱਤੇ 18 19 ਸਾਲ ਦੀ ਉਦੋਂ ਪੰਜਾਬ ਦਾ ਕੋਈ ਗਵਰਨਰ ਸੀ ਉਹਦੇ ਮੁੰਡੇ ਦੇ ਨਾਲ ਇਹ ਫਸ ਜਾਂਦੀ ਹੈ ਇਸ ਸਲਾਈ ਮਸ਼ੀਨ ਤੇ ਹਰ ਰੋਜ਼ ਅੰਬ ਚੁਪਣ ਵਾਸਤੇ ਬਾਗ ਜਾਂਦੀ ਸੀ ਠੀਕ ਹੋ ਗਿਆ ਔਰ ਉਸ ਤੋਂ ਬਾਅਦ ਹੁਣ ਜਦੋਂ ਇਹ ਸਲਾਈ ਮਸ਼ੀਨ ਜਿਹੜੀ ਹੈ ਇਹ ਬੁੱਢੀ ਹੋ ਗਈ ਹੈ ਹੁਣ ਇਹਨੇ ਮੁੰਡੇ ਰੱਖ ਲੈਤੇ ਲਾਹੌਰ ਦੇ ਵਿੱਚ ਸਲਾਈ ਮਸ਼ੀਨ ਨੇ ਇੱਕ ਬੜਾ ਤਾਜ਼ਾ ਜਿਹਾ ਮੁੰਡਾ ਰੱਖਿਆ ਉਸ ਮੁੰਡੇ ਨੂੰ ਬਣਾਇਆ ਸੰਵਾਰਿਆ ਉਹਨੂੰ ਫਿਰ ਐਮਪੀਏ ਵੀ ਬਣਾਇਆ ਅਫੈਜ਼ ਉਮੀਦ ਨੂੰ ਜਿਹੜੀ ਲਿਸਟ ਦਿੱਤੀ ਗਈ ਸੀ ਪੰਜਾਬ ਦੇ ਵਿੱਚੋਂ ਉਹਦੇ ਚ ਸਭ ਤੋਂ ਉੱਪਰ ਜਿਹੜਾ ਨੰਬਰ ਸੀ ਉਹ ਉਸ ਮੁੰਡੇ ਦਾ ਸੀ। ਉਹ ਰੋ ਮੁੰਡਾ ਉਹ ਸਲਾਕੇ ਚ ਜਿੱਤ ਗਿਆ ਜਿੱਥੇ ਉਹਦੇ ਪੰਜ ਵੋਟ ਵੀ ਨਹੀਂ ਸੀ। ਕਿਉਂਕਿ ਸਲਾਈ ਮਸ਼ੀਨ ਦਾ ਉਹ ਦੋਸਤ ਸੀ। ਸਲਾਈ ਮਸ਼ੀਨ ਉਹ ਚਲਾ ਰਿਹਾ। ਔਰ ਸਲਾਈ ਮਸ਼ੀਨ ਦੇ ਨਾਲ ਮਿਲ ਕੇ ਉਹਨੇ ਬਹੁਤ ਜ਼ਿਆਦਾ ਕਰਪਸ਼ਨ ਕੀਤੀ ਹੈ ਉਹ ਜਿਹੜਾ ਇਸ ਵਕਤ ਐਮਪੀ ਹੈ। ਬੜਾ ਰੌਲਾ ਪਾਉਂਦਾ ਹੈ ਪੰਜਾਬ ਅਸੈਂਬਲੀ ਦੇ ਵਿੱਚ ਬੜਾ ਬਦਤਮੀਜ਼ ਵੀ ਹੈ। ਅ ਸਲਾਈ ਮਸ਼ੀਨ ਦੇ ਨਾਲ ਮਿਲ ਕੇ ਉਹ ਜਿਹੜਾ ਐਮਪੀਏ ਢਾਈ ਫੁੱਟੀਆਂ ਉਹਨੇ ਬਹੁਤ ਕਰਪਸ਼ਨ ਵੀ ਕੀਤੀ ਇਹਨਾਂ ਕਰਪਸ਼ਨ ਕਿੱਥੇ ਕੀਤੀ ਐ ਮੈਂ ਫਿਰ ਦੱਸਾਂਗਾ ਕਿਉਂਕਿ ਫਿਰ ਜੇ ਮੈਂ ਇਹਦੇ ਵਿੱਚ ਉਹ ਕਰਪਸ਼ਨ ਦੱਸਾਂਗਾ ਤੇ ਫਿਰ ਸਟੋਰੀ ਜਿਹੜੀ ਹੈ ਦੂਜੇ ਪਾਸੇ ਨਿਕਲ ਜਾਏਗੀ ਯਾਨੀ ਕਿ ਕਰਪਸ਼ਨ ਐਸ ਹੁਣ ਪਿਛਲੇ ਸਾਲ ਡੇਢ ਵਿੱਚ ਨਹੀਂ ਕੀਤੀ ਪਹਿਲੇ ਕੀਤੀ ਮੋਸਨਕਵੀ ਤੋਂ ਪਹਿਲੇ ਕੀਤੀ ਨਗਰਾਨ ਹਕੂਮਤ ਬਣਨ ਤੋਂ ਪਹਿਲੇ ਕੀਤੀ ਠੀਕ ਹੋ ਗਿਆ ਬੇਤਹਾਸ਼ਾ ਤੇਰੀ ਤੁਹਾਡੀ ਸੋਚ ਹੈ ਸਲਾਈ ਮਸ਼ੀਨ ਤੇ ਉਹ ਉਹ ਸਲਾਈ ਮਸ਼ੀਨ ਨਹੀਂ ਫਿਰ ਉਹਦੇ ਨਾਲ ਮਿਲ ਕੇ ਤੇ ਤਬਾਏ ਜਿਹੜੇ ਨੇ ਉਹ ਲਾਏ ਤੇ ਇਸ ਵਕਤ ਉਹ 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 ਜਿਹੜਾ ਐਮਪੀਏ ਆ ਮੁੰਡਾ ਸਲਾਈ ਮਸ਼ੀਨ ਤੇ ਉਹ ਰੋਜ਼ਾਨਾ ਇਕੱਠੇ ਸੌਂਦੇ ਨੇ ਐ ਸ਼ਰਾਬ ਬਹੁਤ ਜ਼ਿਆਦਾ ਪੀਂਦੇ ਨੇ ਦੋਵੇ ਔਰ ਕਰਪਸ਼ਨ ਦੇ ਬੇਤਾਜ ਬਾਦਸ਼ਾਹ ਨੇ ਔਰ ਸਲਾਈ ਮਸ਼ੀਨ ਦਾ ਜਿਹੜਾ ਸਾਰਾ ਧੰਦਾ ਉਹਦਾ ਵੀ ਉਹਨ ਚਾਰਜ ਹੈ ਉਹ ਜਿਹੜਾ ਐਮਪੀਐਸ ਵਕਤ ਤੇ ਇਸ ਵਕਤ ਉਹ ਸਲਾਈ ਮਸ਼ੀਨ ਗੇੜ ਰਿਹਾ ਕਿਉਂਕਿ ਸਲਾਈ ਮਸ਼ੀਨ ਨੂੰ ਨੌਜਵਾਨ ਮੁੰਡੇ ਗੇੜਨ ਆਸਤੇ ਪਸੰਦ ਨੇ ਬਹੁਤ ਸ਼ੁਕਰੀਆ